ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਐਂਟੀ ਨਾਰਕੋਟਿਕ ਸੈੱਲ ਦਾ ਗਠਨ ਕੀਤਾ ਗਿਆ ਹੈ। ਇਸੇ ਦੇ ਤਹਿਤ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਵੱਲੋਂ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ, ਜਿਸ ਨੰਬਰ ਦੇ ਪੰਜਾਬ ਦਾ ਕੋਈ ਵੀ ਵਿਅਕਤੀ ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦੇ ਸਕਦਾ ਹੈ ਅਤੇ ਉਸਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਸੇ ਕੜੀ ਤਹਿਤ ਅੱਜ ਮਾਲਵਾ 2 ਜ਼ੋਨ ਦੀਆਂ ਨਿਯੁਕਤੀਆਂ ਕਰਨ ਆਏ ਹਾਂ ਅਸੀਂ, ਜਿਸ ਦੇ ਵਿੱਚ ਮਾਲਵਾ ਜ਼ੋਨ 2 ਤੋਂ ਅਸੀਂ ਸਿਮਰਨਜੀਤ ਸਿੰਘ ਬੈਂਸ ਨੂੰ ਜ਼ੋਨ ਇੰਚਾਰਜ ਲਾ ਰਹੇ ਹਾਂ, ਜੋ ਆ ਖੜੇ ਨੇ ਸਾਡੇ ਕੋਲ। ਇਸੇ ਕੜੀ ਤਹਿਤ ਹਰਪ੍ਰੀਤ ਸਿੰਘ ਖਾਲਸਾ ਜੋ ਜ਼ੋਨ ਦੇ ਕੋਆਰਡੀਨੇਟਰ ਹਨ, ਸਿਮਰਨਜੀਤ ਸਿੰਘ ਪ੍ਰਿੰਸ ਜੋ ਚੀਫ ਐਡਵਾਈਜ਼ਰ ਲਾਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਦਿਹਾਤੀ ਤੋਂ ਸਾਡੇ ਚੇਅਰਮੈਨ ਅਮਰਜੀਤ ਸਿੰਘ ਚੌਹਾਨ ਨਿਯੁਕਤ ਕੀਤੇ ਹਨ। ਅਮਿਤ ਬੈਰੀ ਜੀ ਨੌਰਥ ਤੋਂ, ਪਰਮਜੀਤ ਸਿੰਘ ਜੀ ਸਾਡੇ ਹੈਗੇ ਨੇ ਸੈਂਟਰਲ ਤੋਂ, ਰਾਜਵੀਰ ਸਿੰਘ ਜਿਹੜੇ ਤਲਵਾੜ ਨੇ ਉਹ ਇਸ ਤੋਂ ਅਸੀਂ ਚੇਅਰਮੈਨ ਨਿਯੁਕਤ ਕਰ ਰਹੇ ਹਾਂ। ਇਸੇ ਤਰ੍ਹਾਂ ਇਹਨਾਂ ਦੇ ਨਾਲ ਕਾਫੀ ਵੱਡੀ ਟੀਮ ਹੈ ਜਿਹੜੀ ਅਸੀਂ ਨਾਲ ਹੀ ਅੱਜ ਅਨਾਊਂਸ ਕਰ ਰਹੇ ਹਾਂ। ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬਚਾਉਣ ਦੇ ਲਈ ਜੋ ਕਦਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੁੱਕਿਆ ਹੈ ਉਹ ਬਹੁਤ ਸਰਾਹਨਾਪੂਰਨ ਕਦਮ ਹੈ। ਪੰਜਾਬ ਦੇ ਵਿੱਚ ਜਦ ਦੀ ਕਾਂਗਰਸ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਵੱਡੀ ਚੇਨ ਜਿਹੜੀ ਨਸ਼ਾ ਸਮਗਲਰਾਂ ਦੀ ਟੁੱਟੀ ਹੈ, ਜਿਸ ਦੇ ਵਿੱਚ ਐਸਪੀ ਸ਼ਲਵਿੰਦਰ ਸਿੰਘ ਜੋ ਏਅਰਬੇਸ ਸ਼ਾਮਲ ਸਨ ਜਬਰੀ ਰਿਟਾਇਰ ਕੀਤੇ ਹਨ, ਹੁਣ ਉਨ੍ਹਾਂ ਤੇ FIR ਹੋਣ ਦੀ ਤਿਆਰੀ ਕਰਾ ਰਹੇ ਸੀ, ਕਿਉਂਕਿ ਉਹ ਏਅਰਬੇਸ ਹਮਲੇ ਦੇ ਵਿੱਚ ਉਹ ਮੰਨੇ ਸਨ ਕਿ ਮੈਂ ਅੱਤਵਾਦੀਆਂ ਨਾਲ ਸੰਪਰਕ 'ਚ ਨਹੀਂ ਸੀ, ਪਰ ਡਰੱਗ ਜਿਹੜੀ ਹੈ ਇੱਥੋਂ ਬਾਰਡਰ ਤੋਂ ਕ੍ਰੋਸ ਕਰਾਉਂਦਾ ਸੀ ਤੇ ਡਾਇਮੰਡ ਲੈਂਦਾ ਸੀ, ਜੋ NIA ਦੀ ਜਾਂਚ ਦੇ ਵਿੱਚ ਲਿਖਿਆ ਗਿਆ। ਇਸੇ ਤਰ੍ਹਾਂ ਇੰਸਪੈਕਟਰ ਇੰਦਰਜੀਤ ਸਿੰਘ ਜੋ ਫੜੇ ਗਏ ਜਲੰਧਰ ਤੋਂ, ਕਾਫੀ ਵੱਡੀ ਮਾਤਰਾ ਦੇ ਵਿੱਚ ਅਸਲਾ ਤੇ ਡਰੱਗਸ ਦੇ ਨਾਲ ਸ਼ਾਮਲ ਸਨ। ਹੋਰ ਵੀ ਕਈ ਜਿਹੜੇ ਸਮਗਲਰ ਸੀ ਵੱਡੇ ਵੱਡੇ ਪੰਜਾਬ 'ਚ ਫੜ ਕੇ ਜੇਲ੍ਹਾਂ 'ਚ ਪਾ ਦਿੱਤੇ ਗਏ ਹਨ। ਹੁਣ ਸਮਾਂ ਹੈ ਅਵੇਅਰਨੈਸ ਦਾ, ਸਾਨੂੰ ਜਾਗਰੂਕਤਾ ਮੁਹਿੰਮ ਦੇ ਲਈ ਸਾਡੀ ਇਹ ਟੀਮ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ। ਪੰਜਾਬ 'ਚ ਹਰ ਜ਼ਿਲ੍ਹੇ ਦੇ, ਹਰ ਕਸਬੇ ਦੇ ਵਿੱਚ, ਹਰ ਬਲਾਕ ਲੈਵਲ ਦੇ ਸਾਡੀਆਂ ਟੀਮਾਂ ਸੈਮੀਨਾਰ ਕਰ ਰਹੀਆਂ ਹਨ। ਪਰਸਨਲ ਲੈਵਲ ਤੇ ਅਸੀਂ ਟੀਮ ਇੱਕ ਆਰਗੇਨਾਈਜ਼ ਕੀਤੀ ਹੈ ਜੋ ਪਤਾ ਰਖਾ ਰਹੀ ਹੈ ਕਿ ਕਿਹੜੇ ਪਿੰਡ ਤੇ ਕਿਹੜੇ ਮੁਹੱਲੇ ਦੇ ਵਿੱਚ ਡਰੱਗਸ ਵਿਕ ਰਹੀ ਹੈ। ਕੁਝ ਲੋਕ ਡਰਦੇ ਸਾਹਮਣੇ ਨਹੀਂ ਆਉਂਦੇ, ਅਸੀਂ ਇੱਕ ਨੰਬਰ ਵੀ ਫਲੈਸ਼ ਕੀਤਾ ਹੈ ਜੋ ਟੋਲ ਫ੍ਰੀ ਨੰਬਰ ਹੈ, ਉਹਦੇ ਥਰੂ ਸਾਨੂੰ ਸੁਨੇਹਾ ਮਿਲਦਾ ਹੈ ਕਿ ਫਲਾਣਾ ਬੰਦਾ ਡਰੱਗਸ ਵੇਚ ਰਿਹਾ ਹੈ। ਲੋਕ ਦੁਸ਼ਮਣੀਆਂ ਤੋਂ ਡਰਦੇ ਸਾਹਮਣੇ ਨਹੀਂ ਆਉਂਦੇ, ਪਰ ਸਾਨੂੰ ਜੋ ਟੋਲ ਫ੍ਰੀ ਨੰਬਰ ਦੇ ਉੱਤੇ ਸੁਨੇਹੇ ਆਉਂਦੇ ਹਨ, ਪੰਜਾਬ ਦੀ ਟਾਸਕ ਫੋਰਸ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਡਰੱਗ ਮਾਫੀਆ ਦਾ ਕਾਰਵਾਈ ਕਰੀ। 85 57 85 21 20 ਇਹ ਸਾਡਾ ਇੱਕ ਟੋਲ ਫ੍ਰੀ ਨੰਬਰ ਹੈ। ਅੱਜ ਜੋ ਪੰਜਾਬ ਸਰਕਾਰ ਵੱਲੋਂ ਨਾਰਕੋਟਿਕ ਸੈੱਲ ਦਾ ਗਠਨ ਕੀਤਾ ਗਿਆ, ਉਹਦੇ ਵਿੱਚ ਸਾਰਿਆਂ ਨੂੰ ਅਹੁਦੇ ਦਿੱਤੇ ਗਏ, ਅਹੁਦੇ ਦੀਆਂ ਲੈਟਰਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਵਿੱਚ ਰਾਜਵੀਰ ਤਲਵਾਰ ਜੀ ਨੂੰ ਚੇਅਰਮੈਨ, ਇੰਦਰ ਗੁੰਬਾ ਯਾਨੀ ਕਿ ਮੈਨੂੰ ਵਾਈਸ ਚੇਅਰਮੈਨ, ਤੇ ਰਜਨੰਦਾ ਜੀ ਨੂੰ ਮੀਡੀਆ ਐਡਵਾਈਜ਼ਰ। ਇਹਦੇ ਜੇ ਮਕਸਦ ਜੋ ਪੰਜਾਬ 'ਚ ਨਸ਼ਾ ਮੁਕਤ ਕੈਪਟਨ ਸਾਹਿਬ ਨੇ ਕਿਹਾ ਸੀ, ਬਹੁਤ ਤਕੜੀ ਟੀਮ ਹੈ ਪੂਰੇ ਪੰਜਾਬ 'ਚ, ਇਹਦਾ ਗਠਨ ਕੀਤਾ ਗਿਆ ਤੇ ਇਹਦੇ 'ਤੇ ਬਹੁਤ ਅੱਛੀ ਤਰ੍ਹਾਂ ਕੰਮ ਚੱਲ ਰਿਹਾ, ਹੈਲਪਲਾਈਨ ਨੰਬਰ ਦਿੱਤੇ ਗਏ ਹੈ।